हेलो एवरीवन वेलकम बैक टू कोर्स स्टडी YouTube चैनल आज मैं तोडी ना शेयर करंगी जी क्वेश्चन पेपर बीए बीएससी जर्नल फर्स्ट सेमेस्टर ਦਾ क्वेश्चन पेपर ਹੈ ਜੀ ਇਹ बीए बीएससी ਦੇ ਸਟੂਡੈਂਟਸ ਦੇ ਲਈ ਗਾਂਦੀਅਨ ਸਟੱਡੀ ਗਾਂਦੀਅਨ ਸਟੱਡੀਆਂ ਦੇ ਵਿੱਚ ਪੇਪਰ ਹੈ ਜੀ ਤੁਹਾਡਾ ਮਹਾਤਮਾ ਗਾਂਧੀ ਫੈਮਲੀ ਐਂਡ अर्ली ਲਾਈਫ ਇੰਡੀਆ ਇੰਗਲੈਂਡ ਐਂਡ ਸਾਊਥ ਅਫਰੀਕਾ ਤੁਹਾਡਾ ਪੇਪਰ ਹੈ ਜੀ ਗਾਂਧੀਅਨ ਸਟੱਡੀਜ਼ ਦੇ ਵਿੱਚ ਤੁਹਾਡਾ ਪੇਪਰ ਹੈ ਜੀ ਮਹਾਤਮਾ ਗਾਂਧੀ ਫੈਮਿਲੀ ਐਂਡ अर्ਲੀ ਲਾਈਫ ਇਨ ਇੰਡੀਆ ਇੰਗਲੈਂਡ ਐਂਡ ਸਾਊਥ ਅਫਰੀਕਾ ਸੋ ਇਹ ਕੁਐਸਚਨ ਪੇਪਰ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਪ੍ਰੋਵਾਈਡ ਕਰਵਾਇਆ ਜਾਵੇਗਾ ਸੋ ਇਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਕੁਐਸਚਨ ਪੇਪਰ ਹੈ ਜੋ ਐਗਜ਼ਾਮ ਫਰਵਰੀ ਮਾਰਚ 22 ਦੇ ਵਿੱਚ ਹੋਏ ਸੀਗੇ ਫੈਬ ਮਾਰਚ 2022 ਦੇ ਵਿੱਚ ਹੋਏ ਸੀਗੇ ਉਹ ਵਾਲਾ ਕੁਐਸਚਨ ਪੇਪਰ ਹੈ ਜੀ ਇਹ ਵੀਡੀਓ ਬੀਏ ਬੀਐਸਸੀ ਜਨਰਲ ਫਸਟ semesters ਜੋ ਗਾਂਦੀਅਨ ਸਟੱਡੀਜ਼ ਦੇ ਵਿੱਚ ਕਰ ਰਹੇ ਨੇ ਤਾਂ ਉਹਨਾਂ ਦੇ ਲਈ ਬਹੁਤ ਹੈਲਪਫੁਲ ਰਹਿਣ ਵਾਲੀ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਆ ਕਿ ਅਸੀਂ YouTube ਚੈਨਲ ਤੇ ਤੁਹਾਨੂੰ ਟਾਈਮ ਟੂ ਟਾਈਮ ਜਿਹੜੇ ਕੁਐਸਚਨ ਪੇਪਰ ਪ੍ਰੋਵਾਈਡ ਕਰਵਾਏ ਜਾਂਦੇ ਨੇ ਹਰ ਸਟਰੀਮ ਦੇ ਨਾਲ ਸੰਬੰਧ ਜਿਹੜੇ ਕੁਐਸਚਨ ਪੇਪਰ ਪ੍ਰੋਵਾਈਡ ਕਰਵਾਏ ਜਾਂਦੇ ਨੇ ਸੋ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਵੀਡੀਓਜ਼ ਐ ਉਹ ਮਿਲ ਸਕਣ ਤਾਂ ਤੁਸੀਂ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋਗੇ ਤੁਹਾਨੂੰ ਕਿਸ ਨਾਲ ਸੰਬੰਧਿਤ ਕਿਸ ਸਬਜੈਕਟ ਨਾਲ ਸੰਬੰਧਿਤ ਕਿਸ ਸਟਰੀਮ ਨਾਲ ਸੰਬੰਧਿਤ ਤੁਹਾਨੂੰ ਕੁਐਸਚਨ ਪੇਪਰ ਚਾਹੀਦਾ ਹੈ ਤਾਂ ਜੋ ਮੈਂ ਤੁਹਾਨੂੰ ਕਵੈਸਚਨ ਪੇਪਰ ਪ੍ਰੋਵਾਈਡ ਕਰਵਾ ਸਕਾਂ ਜੋ ਜਿਨ੍ਹਾਂ ਦੇ ਨਾਲ ਤੁਹਾਡੀ ਹੈਲਪ ਹੋ ਸਕੇ ਸੋ ਅੱਜ ਆਪਾਂ ਸਟਾਰਟ ਕਰਦੇ ਆਂਗੇ ਅੱਜ ਦੀ ਆਪਣੀ ਵੀਡੀਓ ਮਹਾਤਮਾ ਗਾਂਧੀ ਫੈਮਲੀ ਐਂਡ ਅਰਲੀ ਲਾਈਫ ਇੰਡੀਆ ਇੰਗਲੈਂਡ ਐਂਡ ਸਾਊਥ ਅਫਰੀਕਾ ਦਾ ਕਵੈਸਚਨ ਪੇਪਰ ਟੋਟਲ ਜਿਹੜੇ ਇਹਨਾਂ ਨੇ ਮਾਰਕਸ ਲਿਖਿਆ ਜੀ ਉਹ 90 ਲਿਖਿਆ ਤੇ ਟਾਈਮ ਤੁਹਾਡਾ ਉਹ 3 ਘੰਟਿਆਂ ਦਾ ਹੁੰਦਾ ਸੋ ਆਪਾਂ ਸਟਾਰਟ ਕਰਦੇ ਆਂ ਜੀ ਏ 2022 ਦੇ ਕੁਐਸਚਨ ਪੇਪਰ ਹੈ ਜੀ ਜੋ ਲਾਸਟ ਟਾਈਮ ਦੇ ਵਿੱਚ ਫਰਸਟ ਸੈਮੈਸਟਰ ਦੇ ਐਗਜ਼ਾਮ ਹੋਏ ਨੇ ਸੋ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਜੀ ਇਹਨਾਂ ਨੇ ਫਰਸਟ ਜੋ ਹੁੰਦਾ ਜੀ ਉਹਦੇ ਵਿੱਚ ਸ਼ਾਰਟ ਕੁਐਸਚਨ ਹੁੰਦੇ ਆ ਤੁਹਾਡੇ ਉਸ ਤੋਂ ਬਾਅਦ ਤੁਹਾਡੇ ਜਿਹੜੇ 4 ਯੂਨਿਟ ਹੁੰਦੇ ਆ ਜਿਸ ਦੇ ਵਿੱਚ ਕੀ ਲੌਂਗ ਕੁਐਸਚਨ ਹੁੰਦੇ ਆ ਤੁਸੀਂ ਤੁਹਾਡੇ ਕੋਲ ਆਪਸ਼ਨ ਹੁੰਦੀ ਹੈ ਜੇ ਤੁਸੀਂ ਇੱਕ ਇੱਕ ਨੂੰ ਕਰਨਾ ਹੁੰਦਾ ਹੈ ਸੋ ਆਪਾਂ ਸਟਾਰਟ ਕਰਦੇ ਹਾਂ ਜੀ ਸਟਾਰਟਿੰਗ ਤੋਂ ਸਟਾਰਟਿੰਗ ਦੇ ਵਿੱਚ ਹੈਗਾ ਜੀ ਲਿਖਿਆ ਜੀ ਇਹਨਾਂ ਨੇ ਅਟੈਂਪਟ ਐਨੀ 9 ਆਫ ਦਾ ਫਾਲੋਇੰਗ ਇਨ ਅਬਾਊਟ 25 ਟੂ 30 ਵਰਡਸ ਈਚ ਤੁਹਾਡੇ ਕੋਲ ਟੋਟਲ ਜਿਹੜੇ ਆ ਤੁਸੀਂ ਸਕਰੀਨ ਦੇ ਦੇਖ ਸਕਦੇ ਹੋ 50 ਕੁਐਸਚਨ 50 15 ਕੁਐਸਚਨ ਹੁੰਦੇ ਆ ਜੀ ਤੁਸੀਂ ਵਿੱਚੋਂ 9 ਕੁਐਸਚਨ ਕਰਨੇ ਹੁੰਦੇ ਆ 9 ਕੁਐਸਚਨ ਤੁਹਾਡੇ ਕੋਲ ਆਪਸ਼ਨਸ ਹੁੰਦੀ ਹੈ ਜੀ ਇਹਨਾਂ ਦੇ ਵਿੱਚ 15 ਦੇ ਵਿੱਚੋਂ ਤੁਸੀਂ 9 ਕੁਐਸਚਨ ਕਰਨੇ ਹੁੰਦੇ ਆ ਤੇ 9 ਜੋ ਕੁਐਸਚਨ ਹੈ ਸਾਰੇ ਦੇ ਸਾਰੇ ਕੁਐਸਚਨ 2-2 ਮਾਰਕਸ ਦੇ ਹੁੰਦੇ ਆ ਟੋਟਲ ਤੁਹਾਡਾ 18 ਮਾਰਕਸ ਦਾ ਅਨਸਰ ਹੁੰਦਾ ਹੈ ਸੋ ਮਤਲਬ ਕਿ ਫਰਸਟ ਜੋ ਹੈ ਜੀ ਸ਼ਾਰਟ ਕੁਐਸਚਨ ਪੂਰੇ 18 ਮਾਰਕਸ ਦਾ ਹੋ ਜਾਂਦਾ ਕਿਉਂਕਿ 2 2 ਮਾਰਕਸ ਦਾ ਹਰ ਇੱਕ ਆਨਸਰ ਹੁੰਦਾ ਹੈ ਤੇ ਨਾਇਨ ਤੁਸੀਂ ਜਿਹੜੇ ਕੁਐਸਚਨ ਹੈ ਉਹ ਦੇ ਅਨਸਰ ਦੇਨੇ ਹੁੰਦੇ ਆ 15 ਤੁਹਾਨੂੰ ਕੁਐਸਚਨ ਪੇਪਰ ਦੇ ਵਿੱਚ ਜਿਹੜਿਆ ਕੁਐਸਚਨ ਉਹ ਆਉਂਦੇ ਆ ਜੀ ਸੋ ਨੈਕਸਟ ਆਪਾਂ ਚੱਲਦੇ ਆ ਜੀ ਲੌਂਗ ਕੁਐਸਚਨ ਦੇ ਵੱਲ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਸਕਰੀਨ ਤੇ ਯੂਨਿਟ 1 ਯੂਨਿਟ 2 ਯੂਨਿਟ 3 ਤੇ ਯੂਨਿਟ 4 ਇਹ ਲੌਂਗ ਕੁਐਸਚਨ ਹੈ ਜੀ ਤੁਹਾਡੇ ਇੰਦੇ ਵਿੱਚ ਤੁਹਾਡੇ ਕੋਲ ਆਪਸ਼ਨ ਹੁੰਦੀ ਹੈ ਕਿ ਹਰ ਯੂਨਿਟ ਦੇ ਵਿੱਚੋਂ ਤੁਸੀਂ ਇੱਕ ਕੁਐਸਚਨ ਕਰਨਾ ਹੁੰਦਾ ਹੈ ਤਾਂ ਸਾਰੇ ਜਿਹੜੇ ਵੀ ਲੌਂਗ ਕੁਐਸਚਨ ਹੈ 18 ਮਾਰਕਸ ਦੇ 18 ਮਾਰਕਸ ਦੇ ਹੁੰਦੇ ਆ ਸੋ ਜਿਵੇਂ ਫਸਟ ਸੀ ਜੋ ਸ਼ਾਰਟ ਉਹ ਵੀ 18 ਮਾਰਕਸ ਦੇ ਬਣ ਗਿਆ ਕਿਉਂਕਿ 9 सी 2 2 ਮਾਰਕਸ ਦੇ ਹੋਗੇ ਤਾਂ 18 ਬਣ ਗਿਆ ਉਹਨੂੰ ਮਲਟੀਪਲਾਈ ਕਰਕੇ ਉਸ ਤੋਂ ਬਾਅਦ ਇਹ ਲੌਂਗ ਕੁਐਸਚਨ ਹੈ ਇਹ ਵੀ ਜਿਹੜੇ 18 ਮਾਰਕਸ ਦੇ ਹੁੰਦੀਆਂ ਤੁਹਾਡੇ ਕੋਲ ਆਪਸ਼ਨ ਹੁੰਦੀ ਕੋਈ ਵੀ ਤੁਸੀਂ ਇੱਕ ਹੈ ਕਰਨਾ ਹੁੰਦਾ ਇੱਕ ਦਾ ਅਨਸਰ ਦੇਣਾ ਹੁੰਦਾ ਹਰ ਯੂਨਿਟ ਦੇ ਵਿੱਚੋਂ ਇਸ ਦੇ ਨਾਲ ਹੀ ਤੁਹਾਨੂੰ ਇਹ ਵਾਲਾ ਕੁਐਸਚਨ ਪੇਪਰ ਹਿੰਦੀ ਦੇ ਪੰਜਾਬੀ ਦੇ ਵਿੱਚ ਵੀ ਮਿਲੇਗਾ ਜੀ ਸੋ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੁੰਦੀ ਹੈ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਆ ਕਰੋ ਤਾਂ ਜੋ ਹੋਰ ਸਟੂਡੈਂਟਸ ਦੀ ਵੀ ਹੈਲਪ ਹੋ ਸਕੇ ਸੋ ਨੈਕਸਟ ਆ ਗਿਆ ਜੀ ਤੁਸੀਂ ਜੇਕਰ ਸਕਰੀਨ ਸ਼ੂਟ ਇੰਦਾ ਲੈਣਾ ਚਾਹੁੰਦੇ ਹੋ ਤੇ ਲੈ ਸਕਦੇ ਹੋ ਤੁਸੀਂ ਸੋ ਨੈਕਸਟ ਹੈ ਜੀ ਹਿੰਦੀ ਦੇ ਪੰਜਾਬੀ ਦੇ ਵਿੱਚ ਵੀ ਤੁਹਾਨੂੰ ਇਹ ਕੁਐਸਚਨ ਪੇਪਰ ਮਿਲ ਜਾਊਗਾ ਜੀ ਮਹਾਤਮਾ ਗਾਂਧੀ ਦੇ ਨਾਲ ਸੰਬੰਧਿਤ ਸੋ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਜੀ ਪਹਿਲਾਂ ਆ ਜਾਂਦੇ ਆ ਜੀ ਪੂਰੇ ਨਹੀਂ ਆ ਰਹੇ ਸਕਰੀਨ ਤੇ ਪਹਿਲਾਂ ਸ਼ਾਰਟ ਕੁਐਸਚਨ ਹੈ ਹਾਂ ਜੀ ਪਹਿਲਾ ਜੀ ਸ਼ਾਰਟ ਕੁਐਸਚਨ ਹੈ ਇੱਕ ਪਾਸੇ ਤੁਹਾਨੂੰ ਹਿੰਦੀ ਦੇ ਵਿੱਚ ਮਿਲ ਰਿਹਾ ਤੇ ਜੀ ਇੱਕ ਪਾਸੇ ਤੁਹਾਨੂੰ ਪੰਜਾਬੀ ਦੇ ਵਿੱਚ ਮਿਲ ਰਿਹਾ ਜੀ ਫਰਸਟ 15 ਨਾ ਜੀ ਇਹਦੇ ਵਿੱਚ ਤੁਸੀਂ ਨਾਇਨ ਕਰਨੇ ਆ ਪੈਟਰਨ ਤੁਹਾਡਾ ਸੇਮ ਹੀ ਰਹਿੰਦਾ ਜੀ ਜਿਵੇਂ ਇੰਗਲਿਸ਼ మీడియం ਦੇ ਸਟੂਡੈਂਟਸ ਤੇ ਲਈ ਆ ਇਦਾਂ ਹੀ ਪੰਜਾਬੀ మీడియం ਤੇ ਹਿੰਦੀ మీడియం ਦੇ ਲਈ ਸੇਮ ਹੈ ਤੁਸੀਂ ਮਾਰਕਸ ਹੈ ਜੋ ਉਹ ਇੰਗਲਿਸ਼ మీడియం ਦੇ ਕੁਐਸਚਨ ਪੇਪਰ ਦੇ ਵਿੱਚੋਂ ਦੇਖ ਸਕਦੇ ਹੋ ਜੀ ਇਹ ਆਨਲਾਈਨ ਹੋਏ ਸੀ ਐਗਜ਼ਾਮ ਇਸੇ ਕਰਕੇ ਇਹ ਆਨਲਾਈਨ ਹੀ ਜਿਹੜਾ ਕੁਐਸਚਨ ਪੇਪਰ ਜਿਹੜਾ ਯੂਨੀਵਰਸਿਟੀ ਦੇ ਵੱਲੋਂ ਸਾਈਟ ਤੇ ਜੋ ਅਪਲੋਡ ਕੀਤਾ ਜਾਂਦਾ ਇਹ ਉਹੀ ਵਾਲਾ ਕੁਐਸਚਨ ਪੇਪਰ ਹੈ ਜੀ ਨੈਕਸਟ ਸਕਰੀਨ ਸ਼ੂਟ ਲੈਣਾ ਚਾਹੁੰਦੇ ਤਾਂ ਤੁਸੀਂ ਲੈ ਸਕਦੇ ਹੋ ਜੀ ਨੈਕਸਟ ਆ ਜਾਂਦੇ ਆ ਜੀ ਇਹਦੇ ਲੌਂਗ ਕੁਐਸਚਨ ਸੋ ਤੁਸੀਂ ਦੇਖ ਸਕਦੇ ਹੋ ਜੀ ਇੱਕ ਪਾਸੇ ਤੁਹਾਨੂੰ ਮਿਲ ਰਿਹਾ ਜੀ ਹਿੰਦੀ ਮੀਡੀਅਮ ਦੇ ਵਿੱਚ ਤੇ ਦੂਸਰੇ ਪਾਸੇ ਤੁਹਾਨੂੰ ਮਿਲ ਰਿਹਾ ਜੀ ਪੰਜਾਬੀ ਮੀਡੀਅਮ ਦੇ ਵਿੱਚ ਸੋ ਇਹ ਸੀਗਾ ਜੀ ਤੁਹਾਡਾ ਕੁਐਸਚਨ ਪੇਪਰ ਤੁਸੀਂ ਸਕਰੀਨ ਸ਼ੂਟ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਜੀ ਸੋ ਇਹ ਸੀਗਾ ਜੀ ਤੁਹਾਡਾ ਕੁਐਸਚਨ ਪੇਪਰ BA BSC ਦੇ ਸਟੂਡੈਂਟਸ ਦੇ ਲਈ ਫਰਸਟ ਸੈਮੈਸਟਰ ਦੇ ਲਈ ਗਾਂਧੀਅਨ ਸਟੱਡੀਆਂ ਦਾ ਮਹਾਤਮਾ ਗਾਂਧੀ ਫੈਮਿਲੀ ਐਂਡ ਅਰਲੀ ਲਾਈਫ ਇੰਡੀਅਨ ਇੰਗਲੈਂਡ ਐਂਡ ਸਾਊਥ ਅਫਰੀਕਾ ਸੋ ਮੈਨੂੰ ਉਮੀਦ ਹੈ ਕਿ ਇਹ ਵੀਡੀਓ ਤੁਹਾਡੇ ਲਈ ਜਰੂਰ ਹੈਲਪਫੁਲ ਰਹੀ ਹੋਵੇਗੀ ਵੀਡੀਓ ਵਧੀਆ ਲੱਗੀ ਤੁਹਾਨੂੰ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਤਾਂ ਹੋਰ ਵੀ ਜਿਹੜੀਆਂ ਵੀਡੀਓਜ਼ ਐ ਮੈਂ ਉਹਨਾਂ ਨੂੰ ਵੀ ਅਪਲੋਡ ਜਰੂਰ ਕਰਾਂਗੀ ਸੋ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਨੂੰ ਕਿਹੜੇ ਕੁਐਸਚਨ ਪੇਪਰ ਚਾਹੀਦੇ ਆ Thanks for watching.